ਹੈਲੋ ਜੀ, ਵੈਲਕਮ, ਸਵਾਗਤ ਹੈ ਤੁਹਾਡਾ ਸਭ ਦਾ ਆਪਣੇ ਚੈਨਲ ਸਟੱਡੀ ਔਨਲਾਈਨ 'ਤੇ। ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਜੀ, ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ, ਲਿੰਕ ਨੂੰ ਕਰ ਦਿਓ ਜੀ ਸ਼ੇਅਰ, ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ। ਅੱਜ ਦੀ ਪੰਜਾਬੀ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਜੀ ਪੰਜਾਬੀ ਮਾਸਟਰ ਕੈਡਰ ਦਾ 2022 ਦਾ ਪੇਪਰ, ਜੋ ਕਿ 41-61 ਪੋਸਟਾਂ ਨਿਕਲੀਆਂ ਸੀ ਉਹਨਾਂ ਦਾ। ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ, ਲਿੰਕ ਨੂੰ ਕਰੋ ਜੀ ਸ਼ੇਅਰ, ਤਾਂ ਕਿ ਸਾਰੇ ਜਲਦੀ ਜੁਆਇਨ ਕਰਨ। ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਉਹ ਜੁਆਇਨ ਕਰਨ ਜੀ ਆਪਣੇ ਟੈਲੀਗ੍ਰਾਮ ਗਰੁੱਪ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਦੇ ਲਈ @ਪੰਜਾਬੀ ਤਿਆਰੀ ਗਰੁੱਪ ਨੂੰ ਜੁਆਇਨ ਕੀਤਾ ਜਾਵੇ। ਸਕੂਲ ਕੰਟੈਂਟ ਦੇ ਲਈ @RK ਔਨਲਾਈਨ ਸਕੂਲ ਨੂੰ ਗਰੁੱਪ ਨੂੰ @RK ਔਨਲਾਈਨ ਸਕੂਲ ਗਰੁੱਪ ਜੁਆਇਨ ਕੀਤਾ ਜਾਵੇ। ETT ਪੇਪਰ A&B ਦੇ ਲਈ @ETT ਪੇਪਰ A&B ਇਸ ਗਰੁੱਪ ਨੂੰ ਜੁਆਇਨ ਕਰੋ। SS ਮਾਸਟਰ ਕੈਡਰ ਦੀ ਤਿਆਰੀ ਦੇ ਲਈ SS ਤਿਆਰੀ ਗਰੁੱਪ ਨੂੰ ਜੁਆਇਨ ਕੀਤਾ ਜਾਵੇ। ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਉਹ ਇਹਨਾਂ ਵਿੱਚੋਂ ਆਪਣੇ ਲੋੜ ਦੇ ਅਨੁਸਾਰ ਗਰੁੱਪ ਜ਼ਰੂਰ ਜੁਆਇਨ ਕਰਨ। ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ, ਅਤੇ ਵੱਧਦੇ ਹਾਂ ਜੀ ਕੁਸ਼ਚਨ ਨੰਬਰ 1 ਦੇ ਵੱਲ। ਅੱਜ ਦਾ ਪਹਿਲਾ ਕੁਸ਼ਚਨ ਹੈ ਜੀ, ਪਰੀ ਕਹਾਣੀ ਵਿੱਚ ਪਰੀ ਸ਼ਬਦ ਕਿਹੜੀ ਭਾਸ਼ਾ ਦਾ ਹੈ? ਆਡੀਓ ਵੀਡੀਓ ਦੀ ਕਨਫਰਮੇਸ਼ਨ ਦਿੱਤੀ ਜਾਵੇ ਕਿ ਸਭ ਕੁਝ ਸਹੀ ਚੱਲ ਰਿਹਾ ਜਾਂ ਫਿਰ ਨਹੀਂ। ਹਾਂਜੀ, ਨਮਸਕਾਰ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਜੀ ਸਭ ਨੂੰ, ਬਹੁਤ ਬਹੁਤ ਸਵਾਗਤ ਹੈ ਜੀ ਸਭ ਦਾ ਜੀ। ਪ੍ਰਸ਼ਨ ਨੰਬਰ 1 ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਪਰੀ ਕਹਾਣੀ ਦੇ ਵਿੱਚ ਪਰੀ ਸ਼ਬਦ ਜੋ ਹੈ ਇਹ ਕਿਹੜੀ ਭਾਸ਼ਾ ਦਾ ਹੈ? ਹਾਂਜੀ, ਫਟਾਫਟ ਆਂਸਰ ਪ੍ਰਸ਼ਨ ਨੰਬਰ 1 ਦੇ ਲਈ ਕੀਤਾ ਜਾਵੇ ਜੀ। ਜਿਨ੍ਹਾਂ ਦਾ ਵੀ ਆਂਸਰ ਆਪਸ਼ਨ D ਆ ਰਿਹਾ ਜੀ, ਫਾਰਸੀ ਸਹੀ ਉੱਤਰ ਹੋਵੇਗਾ, ਬਾਕੀ ਕਰਨ ਜੀ ਨੋਟ ਡਾਊਨ। ਕੁਸ਼ਚਨ ਨੰਬਰ 2 ਦੇ ਵੱਲ ਵੱਧਦੇ ਹਾਂ ਜੀ। 2 ਨੰਬਰ ਕੁਸ਼ਚਨ ਹੈ, ਮੇਰਾ ਮੁਰਸ਼ਦ ਸ਼ਾਹ ਇਨਾਇਤ ਉਹ ਲੰਘਾਏ ਪਾਰ, ਮੇਰਾ ਮੁਰਸ਼ਦ ਸ਼ਾਹ ਇਨਾਇਤ ਉਹ ਲੰਘਾਏ ਪਾਰ ਕਿਹੜੇ ਕਵੀ ਦੀਆਂ ਸਤਰਾਂ ਹਨ? ਹੁਣ ਇੱਥੇ ਜੇਕਰ ਤੁਹਾਨੂੰ ਮੁਰਸ਼ਦ ਪਤਾ ਹੈ ਨਾ ਸ਼ਾਹ ਇਨਾਇਤ ਕਿਸ ਦਾ ਹੈ, ਤਾਂ ਵੀ ਬੜੀ ਆਸਾਨੀ ਦੇ ਨਾਲ ਆਂਸਰ ਕਰ ਦੋਂਗੇ ਜੀ। ਹਾਂਜੀ, ਆਪਸ਼ਨ ਹੈ ਸ਼ੇਖ ਫਰੀਦ, ਬੀ ਸ਼ਾਹ ਹੁਸੈਨ, ਸੀ ਵਜੀਦ ਅਤੇ ਡੀ ਬੁੱਲੇ ਸ਼ਾਹ। ਪ੍ਰਸ਼ਨ ਨੰਬਰ 2 ਦੇ ਲਈ ਆਂਸਰ ਕਰੋ ਜੀ, ਸ਼ਾਹ ਇਨਾਇਤ ਕਿਸ ਦਾ ਮੁਰਸ਼ਦ ਹੈ? ਜੇਕਰ ਇਹ ਵੀ ਤੁਹਾਨੂੰ ਪਤਾ ਤਾਂ ਵੀ ਆਂਸਰ ਕਰ ਦੋਂਗੇ, ਬਿਲਕੁਲ ਠੀਕ ਹੈ ਜੀ, ਬੁੱਲੇ ਸ਼ਾਹ ਆਂਸਰ ਆਵੇਗਾ, ਆਪਸ਼ਨ ਡੀ ਜਿਨ੍ਹਾਂ ਨੇ ਚੁਣਿਆ ਸਭ ਦਾ ਠੀਕ ਹੈ। ਕੁਸ਼ਚਨ ਨੰਬਰ 3, ਵਾਰਤਕਾਰ ਬਿਹਾਰੀ ਲਾਲ ਪੁਰੀ ਦਾ ਜਨਮ ਕਿਹੜੇ ਜ਼ਿਲ੍ਹੇ ਵਿੱਚ ਹੋਇਆ? ਆਪਸ਼ਨ ਹੈ ਗੁਰਦਾਸਪੁਰ, ਬੀ ਅੰਮ੍ਰਿਤਸਰ, ਸੀ ਰੋਪੜ, ਡੀ ਲੁਧਿਆਣਾ। ਪ੍ਰਸ਼ਨ ਨੰਬਰ 3 ਲਈ ਸਹੀ ਉੱਤਰ ਚੁਣੋ ਜੀ, ਬਿਹਾਰੀ ਲਾਲ ਪੁਰੀ ਦਾ ਜਨਮ ਕਿਹੜੇ ਜ਼ਿਲ੍ਹੇ ਦੇ ਵਿੱਚ ਹੋਇਆ? ਪ੍ਰਸ਼ਨ ਨੰਬਰ 3 ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਹਾਂਜੀ, 3 ਨੰਬਰ ਦੇ ਲਈ ਜਿਨ੍ਹਾਂ ਦਾ ਆਂਸਰ ਗੁਰਦਾਸਪੁਰ ਆ ਰਿਹਾ ਹੈ, ਆਪਸ਼ਨ ਏ ਸਭ ਦਾ ਸਹੀ ਹੈ। ਕੁਸ਼ਚਨ ਨੰਬਰ 4 ਦੇ ਵੱਲ ਵੱਧਦੇ ਹਾਂ ਜੀ, 4 ਨੰਬਰ ਏ, ਬਾਗੀ ਦੀ ਧੀ ਕਹਾਣੀ ਕਿਸ ਦੀ ਲਿਖੀ ਹੋਈ ਹੈ? ਆਪਸ਼ਨ ਏ ਦਲੀਪ ਕੌਰ ਟਿਵਾਣਾ, ਬੀ ਅਜੀਤ ਕੌਰ, ਸੀ ਗੁਰਮੁਖ ਸਿੰਘ ਮੁਸਾਫਿਰ, ਡੀ ਸੁਜਾਨ ਸਿੰਘ। ਪ੍ਰਸ਼ਨ ਨੰਬਰ 4 ਦੇ ਲਈ ਆਂਸਰ ਚੁਣੋ, ਬਾਗੀ ਦੀ ਧੀ ਕਹਾਣੀ ਕਿਸ ਦੀ ਲਿਖੀ ਹੋਈ ਹੈ? ਇਹ ਕਹਾਣੀ ਹੈ ਜੀ ਗੁਰਮੁਖ ਸਿੰਘ ਮੁਸਾਫਿਰ ਦੀ, ਆਪਸ਼ਨ ਸੀ ਹੈ ਬਿਲਕੁਲ ਸਹੀ। ਕੁਸ਼ਚਨ ਨੰਬਰ 5, 5 ਨੰਬਰ ਜੀ, ਦੁਰਗਾ ਪ੍ਰਬੋਧ ਕਿਸ ਦੀ ਰਚਨਾ ਹੈ? ਆਪਸ਼ਨ ਏ ਗਿਆਨੀ ਗਿਆਨ ਸਿੰਘ, ਬੀ ਪੰਡਿਤ ਤਾਰਾ ਸਿੰਘ ਨਰੋਤਮ, ਸੀ ਗਿਆਨੀ ਗੁਰਦਿੱਤ ਸਿੰਘ, ਡੀ ਗਿਆਨੀ ਦਿੱਤ ਸਿੰਘ। ਪ੍ਰਸ਼ਨ ਨੰਬਰ 5 ਲਈ ਸਹੀ ਉੱਤਰ ਚੁਣੋ, ਦੁਰਗਾ ਪ੍ਰਬੋਧ ਰਚਨਾ ਕਿਸ ਦੀ ਹੈ? ਸਹੀ ਉੱਤਰ 5 ਨੰਬਰ ਲਈ ਚੁਣਿਆ ਜਾਵੇ।
दुर्गा प्रबोध रचना है जी ज्ञानी दित्त सिंह जी दी, ऑप्शन डी है बिल्कुल सही। क्वेश्चन नंबर 6 वल वधदे हां जी, दमोदर ने हीर दा किस्सा ਕਿਹੜੇ ਛੰਦ ਵਿੱਚ ਲਿਖਿਆ ਹੈ? ਆਪਸ਼ਨ ਏ ਬੈਂਤ, ਬੀ ਦਵਈਆ, ਸੀ ਸੋਰਠਾ ਤੇ ਡੀ ਕੋਰੜਾ। ਕੁਐਸਚਨ ਨੰਬਰ 6 ਲਈ ਆਂਸਰ ਚੁਣੋ। ਇਹ ਵੀ ਪਿਛਲੇ ਪੇਪਰ ਜਿਹੜੇ ਕਰ ਚੁੱਕੇ ਹਾਂ ਉਹਨਾਂ 'ਚ ਆਇਆ ਹੋਇਆ ਕੁਐਸਚਨ ਏ, ਹੀਰ ਦਾ ਕਿੱਸਾ ਕਿਹੜੇ ਛੰਦ ਵਿੱਚ ਲਿਖਿਆ ਗਿਆ ਹੈ? ਹਾਂਜੀ ਕਰੋ ਜੀ ਆਂਸਰ ਕੁਐਸਚਨ ਨੰਬਰ 6 ਦੇ ਲਈ। ਦਮੋਦਰ ਦੀ ਹੀਰ ਦਾ ਪੁੱਛਿਆ, ਇਹ ਵੀ ਯਾਦ ਰੱਖਣਾ ਕਿਤੇ ਬਾਈ ਮਿਸਟੇਕ ਗਲਤ ਕਰ ਜਾਓ। ਠੀਕ ਹੈ, ਜਿਨ੍ਹਾਂ ਨੇ ਦਵਈਆ ਆਂਸਰ ਕੀਤਾ ਹੈ ਆਪਸ਼ਨ ਬੀ। ਕੁਐਸਚਨ ਨੰਬਰ 7, 7 ਨੰਬਰ ਏ ਛਪਾਰ ਦਾ ਮੇਲਾ ਕਿੱਥੇ ਲੱਗਦਾ ਹੈ? ਆਪਸ਼ਨ ਏ ਜ਼ਿਲ੍ਹਾ ਨਵਾਂਸ਼ਹਿਰ, ਬੀ ਜ਼ਿਲ੍ਹਾ ਰੋਪੜ, ਸੀ ਜ਼ਿਲ੍ਹਾ ਫਿਰੋਜ਼ਪੁਰ, ਡੀ ਜ਼ਿਲ੍ਹਾ ਲੁਧਿਆਣਾ। ਛਪਾਰ ਦਾ ਮੇਲਾ ਕਿੱਥੇ ਲੱਗਦਾ ਹੈ? ਪ੍ਰਸ਼ਨ ਨੰਬਰ 7 ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਹਾਂਜੀ ਬਿਲਕੁਲ ਠੀਕ ਹੈ, ਜਿਹੜੇ ਵੀ ਆਂਸਰ ਕਰ ਰਹੇ ਨੇ ਜੀ ਆਪਸ਼ਨ ਡੀ ਲੁਧਿਆਣਾ, ਜਿਨ੍ਹਾਂ ਦਾ ਆਂਸਰ ਡੀ ਆਇਆ ਹੈ ਬਿਲਕੁਲ ਠੀਕ ਹੈ, ਛਪਾਰ ਦਾ ਮੇਲਾ ਲੁਧਿਆਣੇ ਵਿੱਚ ਲੱਗਦਾ ਹੈ। ਕੁਐਸਚਨ ਨੰਬਰ 8, 8 ਨੰਬਰ ਹੈ ਜੀ, ਨਾਦਰ ਸ਼ਾਹ ਦੀ ਵਾਰ ਕਿਸ ਕਾਲ ਦੀ ਰਚਨਾ ਹੈ? ਆਪਸ਼ਨ ਏ ਨਾਨਕ ਕਾਲ, ਬੀ ਉੱਤਰ ਨਾਨਕ ਕਾਲ, ਸੀ ਆਧੁਨਿਕ ਕਾਲ, ਡੀ ਪੂਰਵ ਨਾਨਕ ਕਾਲ। ਕੁਐਸਚਨ ਨੰਬਰ 8 ਲਈ ਆਂਸਰ ਕਰੋ, ਕਿਸ ਕਾਲ ਦੀ ਰਚਨਾ ਹੈ ਨਾਦਰ ਸ਼ਾਹ ਦੀ ਵਾਰ? ਪ੍ਰਸ਼ਨ ਨੰਬਰ 8 ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਹਾਂਜੀ ਜਿਨ੍ਹਾਂ ਦਾ ਆਂਸਰ ਆ ਰਿਹਾ ਹੈ ਆਪਸ਼ਨ ਬੀ ਉੱਤਰ ਨਾਨਕ ਕਾਲ, ਬਿਲਕੁਲ ਸਹੀ ਉੱਤਰ ਹੈ ਜੀ, ਨਾਦਰ ਸ਼ਾਹ ਦੀ ਵਾਰ ਉੱਤਰ ਨਾਨਕ ਕਾਲ ਦੀ ਰਚਨਾ ਹੈ। ਕੁਐਸਚਨ ਨੰਬਰ 9, 9 ਨੰਬਰ ਹੈ ਜੀ, ਨੌਬਤ ਵਜੀ ਸੁਬਹ ਸਿਓ ਚਲਣ ਕਾ ਕਰਕਾ ਅਸਕਰ ਸਾਜ, ਸ਼ੇਖ ਫਰੀਦ ਜੀ ਨੇ ਇਸ ਸਲੋਕ ਵਿੱਚ ਜੀਵਨ ਦੇ ਕਿਹੜੇ ਪੱਖ ਨੂੰ ਦਰਸਾਇਆ ਹੈ? ਆਪਸ਼ਨ ਏ ਖੁਸ਼ੀ ਤੇ ਹੁਲਾਸ, ਬੀ ਜੀਵਨ ਦੀ ਪਕਿਆਈ, ਸੀ ਨਾਸ਼ਮਾਨਤਾ ਤੇ ਛਿਣ ਭਰਗੁਤਾ ਭਗੁਰਤਾ ਤੇ ਡੀ ਹੈ ਨੇਕੀ ਤੇ ਬਦੀ। ਕੁਐਸਚਨ ਨੰਬਰ 9 ਲਈ ਸਹੀ ਉੱਤਰ ਚੁਣੋ ਜੀ, 9 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ। ਹਾਂਜੀ 9 ਦੇ ਲਈ ਉੱਤਰ ਹੋਵੇਗਾ ਜੀ ਡੀ ਸੋਰੀ ਸੀ ਆਪਸ਼ਨ ਕੁਰੈਕਟ, ਨਾਸ਼ਮਾਨਤਾ ਤੇ ਛਿਣ ਭਗੁਰਤਾ। ਕੁਐਸਚਨ ਨੰਬਰ 10 ਦੇ ਵੱਲ ਵੱਧਦੇ ਹਾਂ, 10 ਨੰਬਰ ਏ ਪਤਝੜ ਦੀ ਪੰਜੇਬ ਤੇ ਸੁਰਜ਼ਮੀਨ ਕਿਸ ਕਵੀ ਦੀਆਂ ਰਚਨਾਵਾਂ ਹਨ? ਆਪਸ਼ਨ ਏ ਜਗਤਾਰ, ਬੀ ਜਸਵਿੰਦਰ, ਸੀ ਸੁਰਜੀਤ ਪਾਤਰ, ਡੀ ਸੁਖਵਿੰਦਰ ਅੰਮ੍ਰਿਤ। ਪ੍ਰਸ਼ਨ ਨੰਬਰ 10 ਲਈ ਉੱਤਰ ਚੁਣੋ ਜੀ, 10 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਇਹ ਦੋਵੇਂ ਰਚਨਾਵਾਂ ਸੁਰਜੀਤ ਪਾਤਰ ਸਾਹਿਬ ਦੀਆਂ ਨੇ, ਬਿਲਕੁਲ ਠੀਕ ਹੈ ਸੀ ਆਪਸ਼ਨ। ਕੁਐਸਚਨ ਨੰਬਰ 11, 11 ਨੰਬਰ ਏ ਵਾਰਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀ ਸਵੈ ਜੀਵਨੀ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੈ? ਕਿੰਨੇ ਭਾਗਾਂ ਦੇ ਵਿੱਚ ਲਿਖਿਆ ਹੈ? ਆਪਸ਼ਨ ਏ 2, ਬੀ, 3, ਸੀ 4, ਡੀ 5। ਪ੍ਰਸ਼ਨ ਨੰਬਰ 11 ਲਈ ਸਹੀ ਉੱਤਰ ਚੁਣਿਆ ਜਾਵੇ, ਪ੍ਰੀਤਲੜੀ ਦੁਆਰਾ ਆਪਣੀ ਸਵੈ ਜੀਵਨੀ ਨੂੰ ਕਿੰਨੇ ਭਾਗਾਂ ਦੇ ਵਿੱਚ ਲਿਖਿਆ ਗਿਆ ਹੈ? 11 ਨੰਬਰ ਲਈ ਜਿਨ੍ਹਾਂ ਦਾ ਆਂਸਰ ਆਇਆ 3 ਭਾਗਾਂ ਦੇ ਵਿੱਚ, ਬਿਲਕੁਲ ਠੀਕ ਹੈ ਆਪਸ਼ਨ ਬੀ। ਕੁਐਸਚਨ ਨੰਬਰ 12, ਬਲਵੰਤ ਗਾਰਗੀ ਨੂੰ ਕਿਸ ਪੁਸਤਕ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ? ਆਪਸ਼ਨ ਏ ਰੰਗਮੰਚ, ਬੀ ਧੂਣੀ ਦੀ ਅੱਗ, ਸੀ ਲੋਹਾ ਕੁੱਟ, ਡੀ ਕਣਕ ਦੀ ਬੱਲੀ। ਪ੍ਰਸ਼ਨ ਨੰਬਰ 12 ਲਈ ਉੱਤਰ ਚੁਣੋ ਜੀ, ਕਿਸ ਪੁਸਤਕ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਬਲਵੰਤ ਗਾਰਗੀ ਨੂੰ ਜੀ? ਰੰਗਮੰਚ ਜਿਨ੍ਹਾਂ ਦਾ ਆਂਸਰ ਆਇਆ ਹੈ ਆਪਸ਼ਨ ਏ ਸ਼ਬਦ ਹੈ ਬਿਲਕੁਲ ਠੀਕ, ਰੰਗਮੰਚ ਦੇ ਲਈ ਮਿਲਿਆ ਜੀ ਸਾਹਿਤ ਅਕਾਦਮੀ ਅਵਾਰਡ। ਕੁਐਸਚਨ ਨੰਬਰ 13, 13 ਨੰਬਰ ਜੀ, ਬਾਬਾ ਬਲਵੰਤ ਦੇ ਕਿਹੜੇ ਕਾਵਿ ਸੰਗ੍ਰਹਿ ਹਨ?
ਆਪਸ਼ਨ ਏ ਮਟਕ ਹੁਲਾਰੇ ਕੰਬਦੀ ਕਲਾਈ, ਬੀ ਨਵਾਂ ਜਹਾਨ, ਚੰਦਨਵਾੜੀ, ਸੀ ਅਮਰ ਗੀਤ, ਜਵਾਲਾਮੁਖੀ, ਡੀ ਸ਼ੀਸ਼ੇ ਦਾ ਜੰਗਲ, ਲਹੂ ਦੇ ਨਕਸ਼। ਕੁਸ਼ਚਨ ਨੰਬਰ 13 ਲਈ ਸਹੀ ਉੱਤਰ ਚੁਣੋ ਜੀ। ਕਿਹੜੇ ਕਾਵਿ ਸੰਗ੍ਰਹਿ ਬਾਬਾ ਬਲਵੰਤ ਦੇ ਲਿਖੇ ਹੋਏ ਨੇ? ਆਪਸ਼ਨ ਸੀ ਵਾਲਾ ਜੁੱਟ ਜਿਹੜਾ ਹੈ ਸਹੀ ਹੈ, ਬਿਲਕੁਲ ਠੀਕ ਹੈ, ਸੀ ਆਪਸ਼ਨ ਆਂਸਰ ਕਰਨ ਵਾਲੇ। ਕੁਸ਼ਚਨ ਨੰਬਰ 14, ਜਸਵੰਤ ਸਿੰਘ ਕੰਵਲ ਰਚਿਤ ਨਾਵਲ ਲਹੂ ਦੀ ਲੋ ਕਿਸ ਲਹਿਰ ਨਾਲ ਸੰਬੰਧਿਤ ਹੈ? ਆਪਸ਼ਨ ਏ ਸਿੰਘ ਸਭਾ ਲਹਿਰ, ਬੀ ਆਰੀਆ ਸਮਾਜ ਲਹਿਰ, ਸੀ ਨਕਸਲਵਾੜੀ ਲਹਿਰ ਅਤੇ ਡੀ ਈਸਾਈ ਮਿਸ਼ਨਰੀਆਂ। ਕੁਸ਼ਚਨ ਨੰਬਰ 14 ਲਈ ਕਰੈਕਟ ਆਂਸਰ ਕਰਿਆ ਜਾਵੇ ਜੀ। 14 ਨੰਬਰ ਦੇ ਲਈ ਸਹੀ ਉੱਤਰ ਚੁਣੋ। ਕਿਹੜੀ ਲਹਿਰ ਦੇ ਨਾਲ ਸੰਬੰਧਿਤ ਹੈ ਲਹੂ ਦੀ ਲੋ ਜੀ? ਜਿਨ੍ਹਾਂ ਦਾ ਆਂਸਰ ਆ ਰਿਹਾ ਨਕਸਲਵਾੜੀ ਲਹਿਰ, ਠੀਕ ਉੱਤਰ ਹੋਵੇਗਾ। ਕੁਸ਼ਚਨ ਨੰਬਰ 15 ਦੇ ਵੱਲ ਵੱਧਦੇ ਹਾਂ ਜੀ। 15 ਨੰਬਰ ਕੁਸ਼ਚਨ ਏ, ਨਾਵਲਕਾਰ ਨਾਨਕ ਸਿੰਘ ਨੂੰ ਕਿਹੜੇ ਨਾਵਲ ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ ਮਿਲਿਆ? ਆਪਸ਼ਨ ਏ ਮਹਿਦਾਰ, ਬੀ ਇੱਕ ਮਿਆਨ ਦੋ ਤਲਵਾਰਾਂ, ਸੀ ਅੱਗ ਦੀ ਖੇਡ, ਡੀ ਚਿੱਟਾ ਲਹੂ। ਪ੍ਰਸ਼ਨ ਨੰਬਰ 15 ਦੇ ਲਈ ਕੁਰੈਕਟ ਆਂਸਰ ਚੁਣੋ। 15 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਜੀ ਜਿਨ੍ਹਾਂ ਦਾ ਆਂਸਰ ਆ ਰਿਹਾ ਆਪਸ਼ਨ ਬੀ ਇੱਕ ਮਿਆਨ ਦੋ ਤਲਵਾਰਾਂ, ਸਭ ਦਾ ਹੈ ਬਿਲਕੁਲ ਠੀਕ। ਇੱਕ ਮਿਆਨ ਦੋ ਤਲਵਾਰਾਂ ਦੇ ਲਈ ਮਿਲਿਆ ਜੀ ਨਾਨਕ ਸਿੰਘ ਨੂੰ ਨਾਹ ਸਾਹਿਤ ਅਕਾਦਮੀ ਅਵਾਰਡ। ਕੁਸ਼ਚਨ ਨੰਬਰ 16 ਹੈ ਜੀ, ਪੀਲੂ ਨੇ ਆਪਣੇ ਕਿੱਸੇ ਮਿਰਜ਼ਾ ਸਾਹਿਬਾਂ ਦੀ ਰਚਨਾ ਕਿਸ ਕਾਵਿ ਰੂਪ ਵਿੱਚ ਕੀਤੀ ਹੈ? ਆਪਸ਼ਨ ਏ ਕਾਫ਼ੀ, ਬੀ ਸੀਰਫੀ, ਸੀ ਸੱਦ ਅਤੇ ਡੀ ਵਾਰ। ਪ੍ਰਸ਼ਨ ਨੰਬਰ 16 ਦੇ ਲਈ ਸਹੀ ਉੱਤਰ ਚੁਣੋ। ਪੀਲੂ ਨੇ ਆਪਣੇ ਕਿੱਸੇ ਮਿਰਜ਼ਾ ਸਾਹਿਬਾਂ ਦੀ ਰਚਨਾ ਕਿਸ ਕਾਵਿ ਰੂਪ ਵਿੱਚ ਕੀਤੀ ਹੈ? 16 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਮਿਰਜ਼ਾ ਸਾਹਿਬਾਂ ਦੀ ਰਚਨਾ ਕਿਸ ਕਾਵਿ ਰੂਪ ਦੇ ਵਿੱਚ ਕੀਤੀ ਗਈ ਹੈ? ਹਾਂਜੀ, ਦਿੱਤਾ ਗਿਆ ਪ੍ਰਸ਼ਨ ਇਹ ਵੀ ਹੈ ਜੀ ਰਿਪੀਟਡ, ਪਹਿਲਾਂ ਆਪਾਂ ਸ਼ਾਇਦ ਜਿਹੜਾ ਲਾਸਟ ਪੇਪਰ ਕਰਿਆ ਉਹਦੇ ਵਿੱਚ ਹੀ ਦੇਖਣ ਨੂੰ ਮਿਲਿਆ, ਤਾਂ ਬਿਲਕੁਲ ਠੀਕ ਹੈ, ਸੀ ਆਪਸ਼ਨ ਜਿਨ੍ਹਾਂ ਨੇ ਆਂਸਰ ਕੀਤਾ ਸੱਦ। ਕੁਸ਼ਚਨ ਨੰਬਰ 17 ਜੀ, ਮਨ ਦੀਆਂ ਮਨ ਵਿੱਚ ਇਕਾਂਗੀ ਕਿਸ ਦਾ ਲਿਖਿਆ ਹੋਇਆ? ਆਪਸ਼ਨ ਏ ਈਸ਼ਵਰ ਚੰਦਰ ਨੰਦਾ, ਬੀ ਹਰਚਰਨ ਸਿੰਘ, ਸੀ ਸੰਤ ਸਿੰਘ ਸੇਖੋਂ ਅਤੇ ਡੀ ਬਲਵੰਤ ਗਾਰਗੀ। 17 ਨੰਬਰ ਕੁਸ਼ਚਨ ਲਈ ਆਂਸਰ ਕਰਿਆ ਜਾਵੇ, ਕਿਸ ਦਾ ਲਿਖਿਆ ਹੋਇਆ ਹੈ ਮਨ ਦੀਆਂ ਮਨ ਵਿੱਚ? ਹਾਂਜੀ ਬਿਲਕੁਲ ਠੀਕ ਆ ਜੀ, ਇਹ ਹਰਚਰਨ ਸਿੰਘ ਜੀ ਦੀ ਰਚਨਾ ਹੈ, ਆਪਸ਼ਨ ਬੀ ਹੈ ਬਿਲਕੁਲ ਸਹੀ। ਕੁਸ਼ਚਨ ਨੰਬਰ 18 ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਕਿਹੜੀ ਭਾਸ਼ਾ ਵਿੱਚ ਲਿਖਿਆ? ਆਪਸ਼ਨ ਏ ਪੰਜਾਬੀ, ਬੀ ਫਾਰਸੀ, ਸੀ ਉਰਦੂ, ਡੀ ਬੰਗਾਲੀ। ਪ੍ਰਸ਼ਨ ਨੰਬਰ 18 ਦੇ ਲਈ ਆਂਸਰ ਚੁਣੋ ਜੀ। ਹਾਂਜੀ 18 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ। ਹਾਂਜੀ ਜ਼ਫ਼ਰਨਾਮਾ ਲਿਖਿਆ ਗਿਆ ਹੈ ਫਾਰਸੀ ਭਾਸ਼ਾ ਦੇ ਵਿੱਚ, ਬਿਲਕੁਲ ਠੀਕ ਹੈ ਜੀ, ਬੀ ਆਪਸ਼ਨ ਸਭ ਨੂੰ ਹੀ ਲਗਭਗ ਪਤਾ ਹੈ ਇਹਦਾ। ਕੁਸ਼ਚਨ ਨੰਬਰ 19, ਕਹਾਣੀਕਾਰ ਮੋਹਨ ਭੰਡਾਰੀ ਦਾ ਜਨਮ ਕਦੋਂ ਹੋਇਆ? ਆਪਸ਼ਨ ਹੈ 1942, ਬੀ 1937, ਸੀ 1938, ਡੀ 1940। ਪ੍ਰਸ਼ਨ ਨੰਬਰ 19 ਦੇ ਲਈ ਆਂਸਰ ਕਰੋ ਜੀ। ਮੋਹਨ ਭੰਡਾਰੀ ਦਾ ਜਨਮ ਸਾਲ ਚੁਣੋ ਜੀ 19 ਨੰਬਰ ਦੇ ਲਈ ਜੀ। 1937 ਜਿਨ੍ਹਾਂ ਦਾ ਆਂਸਰ ਆ ਰਿਹਾ ਆਪਸ਼ਨ ਬੀ, ਬਿਲਕੁਲ ਠੀਕ ਹੈ ਜੀ, 1937 ਜਨਮ ਸਾਲ ਹੈ। ਕੁਸ਼ਚਨ ਨੰਬਰ 20 ਹੈ, ਜਰਗ ਦੇ ਮੇਲੇ ਦੌਰਾਨ ਕਿਸ ਦੀ ਪੂਜਾ ਕੀਤੀ ਜਾਂਦੀ ਹੈ? ਆਪਸ਼ਨ ਏ ਸੀਤਲਾ ਮਾਤਾ, ਬੀ ਗੁੱਗਾ ਪੀਰ, ਸੀ ਖਵਾਜ਼ਾ ਪੀਰ ਅਤੇ ਡੀ ਪੀਰ ਸ਼ੇਖ ਅਲੀ। ਕੁਸ਼ਚਨ ਨੰਬਰ 20 ਦੇ ਲਈ ਆਂਸਰ ਚੁਣਿਆ ਜਾਵੇ।
ਜਰਗ ਦੇ ਮੇਲੇ ਦੌਰਾਨ ਕਿਸ ਦੀ ਪੂਜਾ ਕੀਤੀ ਜਾਂਦੀ ਹੈ? ਨਮਸਕਾਰ, ਸਤਿ ਸ਼੍ਰੀ ਅਕਾਲ ਸਭ ਨੂੰ, ਬਹੁਤ ਬਹੁਤ ਸਵਾਗਤ ਹੈ ਜੀ ਸਭ ਦਾ। ਹਾਂਜੀ, ਜਰਗ ਦੇ ਮੇਲੇ ਵਿੱਚ ਪੂਜਾ ਕੀਤੀ ਜਾਂਦੀ ਹੈ ਸ਼ੀਤਲਾ ਮਾਤਾ ਦੀ। ਸੋ ਜਿਹੜੇ ਵੀ ਆਂਸਰ ਕਰ ਰਹੇ ਨੇ, ਆਪਸ਼ਨ ਏ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 21 ਦੇ ਵੱਲ ਵੱਧਦੇ ਹਾਂ ਜੀ। ਵਾਰਿਸ ਸ਼ਾਹ ਨਾ ਮੁੜਾ ਰੰਝੇਟੜੇ ਤੋਂ, ਵਾਰਿਸ ਸ਼ਾਹ ਨਾ ਮੁੜਾ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ। ਇਹਨਾਂ ਸਤਰਾਂ ਦੇ ਵਿੱਚ ਹੀਰ ਬਾਪ ਦੇ ਬਾਪ ਦਾ ਬਾਪ ਕਿਸ ਨੂੰ ਕਹਿੰਦੀ ਹੈ? ਆਪਸ਼ਨ ਏ ਸਮਾਜ ਨੂੰ, ਬੀ ਪਰਿਵਾਰ ਨੂੰ, ਸੀ ਭਰਾਵਾਂ ਨੂੰ, ਡੀ ਦਾਦੇ ਪੜਦਾਦੇ ਅਤੇ ਚਾਚੇ ਤਾਇਆਂ ਨੂੰ। 21 ਨੰਬਰ ਦੇ ਲਈ ਆਂਸਰ ਚੁਣਿਆ ਜਾਵੇ, ਵਾਰਿਸ ਸ਼ਾਹ ਨਾ ਮੁੜਾ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ। ਇਹਨਾਂ ਸਤਰਾਂ ਦੇ ਵਿੱਚ ਬਾਪ ਦੇ ਬਾਪ ਦਾ ਬਾਪ ਕਿਸ ਨੂੰ ਕਿਹਾ ਹੈ? ਸਮਾਜ ਨੂੰ ਕਿਹਾ ਗਿਆ ਹੈ, ਬਿਲਕੁਲ ਠੀਕ ਹੈ। ਇਹ ਆਪਸ਼ਨ ਆਂਸਰ ਕਰਨ ਵਾਲੇ। ਕੁਐਸਚਨ ਨੰਬਰ 22, ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਪੁਸਤਕ ਸਿੱਖਾਂ ਦੇ ਰਾਜ ਦੀ ਵਿੱਦਿਆ ਦੇ ਕਿੰਨੇ ਭਾਗ ਹਨ, ਜਾਂ ਫਿਰ ਸਿੱਖਾਂ ਦੇ ਰਾਜ ਦੀ ਵਿੱਦਿਆ ਕਿੰਨੇ ਭਾਗਾਂ ਦੇ ਵਿੱਚ ਵੰਡੀ ਹੋਈ ਹੈ? 22 ਨੰਬਰ ਕੁਐਸਚਨ ਦੇ ਲਈ ਆਂਸਰ ਕਰੋ। ਆਪਸ਼ਨ ਏ 4, ਬੀ 5, ਸੀ 3, ਡੀ 2। ਪ੍ਰਸ਼ਨ ਨੰਬਰ 22 ਦੇ ਲਈ ਕਰੋ ਜੀ ਆਂਸਰ। 22 ਦੇ ਲਈ ਜਿਨ੍ਹਾਂ ਦਾ ਆਂਸਰ ਆ ਰਿਹਾ ਹੈ ਆਪਸ਼ਨ ਸੀ 3 ਭਾਗਾਂ ਦੇ ਵਿੱਚ, ਬਿਲਕੁਲ ਠੀਕ ਹੈ। ਕੁਐਸਚਨ ਨੰਬਰ 23 ਹੈ, ਨਾਟਕ ਸਾਹਿਤ ਰੂਪ ਵਿੱਚ ਬਾਕੀ ਸਾਹਿਤ ਰੂਪਾਂ ਨਾਲੋਂ ਕੀ ਅੰਤਰ ਹੈ? ਆਪਸ਼ਨ ਏ ਪਾਤਰ, ਬੀ ਨਾਇਕ, ਸੀ ਗੌਂਦ, ਡੀ ਰੰਗਮੰਚ। ਪ੍ਰਸ਼ਨ ਨੰਬਰ 23 ਲਈ ਸਹੀ ਉੱਤਰ ਚੁਣਿਆ ਜਾਵੇ। 23 ਨੰਬਰ ਦੇ ਲਈ ਕਰੋ ਜੀ ਆਂਸਰ, ਨਾਟਕ ਸਾਹਿਤ ਰੂਪ ਵਿੱਚ ਬਾਕੀ ਸਾਹਿਤ ਰੂਪਾਂ ਨਾਲੋਂ ਕੀ ਅੰਤਰ ਹੈ? ਜਿਨ੍ਹਾਂ ਦਾ ਆਂਸਰ ਆ ਰਿਹਾ ਹੈ ਆਪਸ਼ਨ ਡੀ, ਰੰਗਮੰਚ ਦਾ ਅੰਤਰ ਹੈ, ਬਿਲਕੁਲ ਠੀਕ ਹੈ। ਇਕੰਗੀ ਦੇ ਵਿੱਚ ਵੀ ਇਹੀ ਚੀਜ਼ ਦੇਖਣ ਨੂੰ ਮਿਲਦੀ ਹੈ, ਤਾਂ ਆਂਸਰ ਡੀ ਜਿਨ੍ਹਾਂ ਨੇ ਚੁਣਿਆ ਸਭ ਦਾ ਠੀਕ ਹੈ। ਕੁਐਸਚਨ ਨੰਬਰ 24, ਕੁਲਵੰਤ ਸਿੰਘ ਵਿਰਕ ਨੂੰ ਨਵੇਂ ਲੋਕ ਪੁਸਤਕ ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ? ਆਪਸ਼ਨ ਏ 1965, ਬੀ 1968, ਸੀ 1963 ਅਤੇ ਡੀ 1975। ਕੁਲਵੰਤ ਸਿੰਘ ਵਿਰਕ ਨੂੰ ਨਵੇਂ ਲੋਕ ਪੁਸਤਕ ਦੇ ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ? ਆਂਸਰ 24 ਨੰਬਰ ਲਈ ਚੁਣਿਆ ਜਾਵੇ ਜੀ। ਹਾਂਜੀ, ਬਿਲਕੁਲ ਠੀਕ ਹੈ। ਜਿਹੜੇ ਆਂਸਰ ਕਰ ਰਹੇ ਨੇ ਜੀ, 1968 ਆਪਸ਼ਨ ਬੀ ਹੋਵੇਗਾ ਕੁਰੈਕਟ ਆਂਸਰ। ਕੁਐਸਚਨ ਨੰਬਰ 25 ਦੇ ਵੱਲ ਵੱਧਦੇ ਹਾਂ ਜੀ। ਹਾਂਜੀ, 25 ਨੰਬਰ ਕੁਐਸਚਨ ਹੈ ਜੀ, ਨਾਵਲਕਾਰ ਗੁਰਦਿਆਲ ਸਿੰਘ ਨੂੰ ਕਿਹੜੇ ਨਾਵਲ ਲਈ ਗਿਆਨਪੀਠ ਪੁਰਸਕਾਰ ਮਿਲਿਆ? ਆਪਸ਼ਨ ਏ ਅੱਧ ਚਾਨਣੀ ਰਾਤ, ਬੀ ਪਰਸਾ, ਸੀ ਮੜੀ ਦਾ ਦੀਵਾ ਅਤੇ ਡੀ ਅਣਹੋਏ। ਕੁਐਸਚਨ ਨੰਬਰ 25 ਲਈ ਕਰੋ ਜੀ ਆਂਸਰ। ਦੇਖੋ, 25 ਨੰਬਰ ਕੁਐਸਚਨ ਜੋ ਹੈ ਇਸ ਨੂੰ ਬੋਰਡ ਦੇ ਵੱਲੋਂ ਕੀਤਾ ਗਿਆ ਜੀ ਡਰੋਪ। ਉਹਦਾ ਕਾਰਨ ਇਹ ਰਿਹਾ ਕਿ ਬੋਰਡ ਨਹੀਂ ਮੰਨਦਾ ਕਿ ਕੁਐਸਚਨ ਸਹੀ ਹੈ, ਠੀਕ ਹੈ, ਕਿਉਂਕਿ ਜਿਹੜਾ ਗਿਆਨਪੀਠ ਪੁਰਸਕਾਰ ਹੈ ਓਵਰਆਲ ਰਚਨਾ ਦੇ ਲਈ ਦਿੱਤਾ ਜਾਂਦਾ ਹੈ, ਪਰ ਸ਼ੁਰੂ ਦੇ ਵਿੱਚ ਇਹ ਕਿਸੇ ਵਿਸ਼ੇਸ਼ ਰਚਨਾ ਦੇ ਲਈ ਮਿਲਦਾ ਸੀ। ਅਤੇ ਆਈ ਥਿੰਕ ਜਦੋਂ ਨਾਵਲਕਾਰ ਗੁਰਦਿਆਲ ਸਿੰਘ ਨੂੰ ਮਿਲਿਆ ਉਦੋਂ ਵੀ ਇੱਕ ਰਚਨਾ ਲਈ ਦਿੱਤਾ ਜਾਂਦਾ ਸੀ, ਬਾਕੀ ਇਸ ਬਾਰੇ ਕੋਈ ਕਲੈਰਿਟੀ ਨਹੀਂ ਮਿਲਦੀ ਕਿਤੇ ਵੀ। ਹਾਂਜੀ, ਦਿੱਤੇ ਗਏ ਆਪਸ਼ਨ ਦੇ ਅਨੁਸਾਰ ਬੀ ਆਪਸ਼ਨ ਕੁਰੈਕਟ ਹੋ ਸਕਦਾ ਹੈ, ਬਟ ਬੋਰਡ ਕਹਿੰਦਾ ਕਿ ਸਮੁੱਚੀ ਰਚਨਾ ਦੇ ਲਈ ਮਤਲਬ ਕਿ ਪਹਿਲਾਂ ਆਪਸ਼ਨ ਇਸ ਤਰ੍ਹਾਂ ਜ਼ਰੂਰ ਪਏਗਾ, ਪਰ ਬਾਅਦ 'ਚ ਓਬਜੈਕਸ਼ਨ ਜਦੋਂ ਲਗਾਈ ਗਈ ਤਾਂ ਸਮੁੱਚੀ ਰਚਨਾ ਦਾ ਇੱਕ ਰੀਜ਼ਨ ਰੱਖ ਕੇ ਇਸ ਨੂੰ ਡਰੋਪ ਆਊਟ ਕੀਤਾ ਗਿਆ ਇਸ ਕੁਐਸਚਨ ਨੂੰ। ਕੁਐਸਚਨ ਨੰਬਰ
ਹਾਂ ਜੀ, ਇਸ ਲਈ ਇੱਥੇ ਸ਼ਾਰਟਕੱਟ 'ਚ ਮੈਂ ਇੱਥੇ ਲਿਖਿਆ ਵੀ ਹੈ ਕਿ ਡੀ ਆਰ ਡਰੋਪ ਆਊਟ, ਠੀਕ ਹੈ ਜੀ, ਡਰੋਪ ਕੀਤਾ ਗਿਆ। ਕੁਐਸਚਨ ਨੰਬਰ 26 ਹੈ, ਸ਼ਾਹ ਹੁਸੈਨ ਦਾ ਪੂਰਾ ਨਾਂ ਕੀ ਸੀ? ਆਪਸ਼ਨ ਏ ਮਾਧੋ ਲਾਲ ਹੁਸੈਨ, ਬੀ ਮਾਧੋ ਸ਼ਾਹ ਹੁਸੈਨ, ਸੀ ਮਾਧੋ ਚੰਦ ਹੁਸੈਨ ਅਤੇ ਡੀ ਮਾਧੋ ਦਾਸ ਹੁਸੈਨ। ਕੁਐਸਚਨ ਨੰਬਰ 26 ਲਈ ਆਂਸਰ ਚੁਣੋ, 26 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ। ਹਾਂਜੀ, ਮਾਧੋ ਲਾਲ ਹੁਸੈਨ ਸੀ ਸ਼ਾਹ ਹੁਸੈਨ ਦਾ ਪੂਰਾ ਨਾਂ। ਕੁਐਸਚਨ ਨੰਬਰ 27, ਕਿਹੜੇ ਬਾਣੀਕਾਰ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ? ਆਪਸ਼ਨ ਏ ਗੁਰੂ ਅਮਰਦਾਸ ਜੀ, ਇੱਥੇ ਗਲਤ ਹੋ ਗਿਆ ਜੀ, ਬੀ ਭਾਈ ਗੁਰਦਾਸ ਜੀ, ਸੀ ਗੁਰੂ ਨਾਨਕ ਦੇਵ ਜੀ ਅਤੇ ਡੀ ਸ਼ੇਖ ਫਰੀਦ ਜੀ। ਕੁਐਸਚਨ ਨੰਬਰ 27 ਦੇ ਲਈ ਆਂਸਰ ਕਰੋ ਜੀ। ਹਾਂਜੀ, 27 ਨੰਬਰ ਲਈ ਕੁਰੈਕਟ ਆਂਸਰ ਚੁਣਿਆ ਜਾਵੇ, ਕਿਹੜੇ ਬਾਣੀਕਾਰ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ? ਇਸ 'ਤੇ ਵੀ ਬਹੁਤ ਸਾਰੀਆਂ ਓਬਜੈਕਸ਼ਨਸ ਲੱਗੀਆਂ, ਗੁਰੂ ਨਾਨਕ ਦੇਵ ਜੀ ਵੀ ਆਂਸਰ ਕੀਤਾ ਬਹੁਤ ਜਣਿਆਂ ਨੇ, ਅਤੇ ਭਾਈ ਗੁਰਦਾਸ ਜੀ ਵੀ ਕਰਿਆ, ਬਿਲਕੁਲ ਠੀਕ ਹੈ ਜੀ, ਜਿਨ੍ਹਾਂ ਨੇ ਬੀ ਆਂਸਰ ਕੀਤਾ, ਬੀ ਆਂਸਰ ਕੀਤਾ ਗਿਆ ਹੈ। ਪਿਛਲੇ ਕੁਐਸਚਨ ਜਿਹੜੇ ਪੇਪਰ ਜਿਹੜੇ ਕਰ ਚੁੱਕੇ ਹਾਂ ਉਹਨਾਂ 'ਚ ਵੀ ਇਹ ਕੁਐਸਚਨ ਆਇਆ ਹੋਇਆ, ਭਾਈ ਗੁਰਦਾਸ ਜੀ ਆਂਸਰ ਕੀਤਾ, ਬਟ ਸੀ ਆਪਸ਼ਨ ਵੀ ਬਹੁਤ ਸਾਰੇ ਮੰਨਦੇ ਆ, ਕਿਤੇ ਕਿਤੇ ਕਿਤਾਬਾਂ ਦੇ ਵਿੱਚ ਮਿਲਦਾ, ਅਤੇ ਕੁਛ ਤਰਕ ਦਿੰਦੇ ਨੇ ਕਿ ਇੱਥੇ ਬਾਣੀਕਾਰ ਸ਼ਬਦ ਯੂਜ਼ ਕੀਤਾ ਗਿਆ, ਜਿਸ ਕਰਕੇ ਆਪਸ਼ਨ ਸੀ ਸਹੀ ਹੋਣਾ ਚਾਹੀਦਾ। ਜੋ ਵੀ ਹੈ, ਬੋਰਡ ਦੁਆਰਾ ਆਂਸਰ ਆਪਸ਼ਨ ਬੀ ਸਹੀ ਕੀਤਾ ਗਿਆ। ਕੁਐਸਚਨ ਨੰਬਰ 28, ਇਹੀ ਪੇਪਰ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਬੋਰਡ ਦੇ ਵੱਲੋਂ ਕੀਤੀਆਂ ਗਈਆਂ, ਅਤੇ ਉਹਨਾਂ ਦਾ ਹਰਜਾਨਾ ਕਿਸੇ ਹੋਰ ਨੂੰ ਦੇਣਾ ਪਿਆ। ਕੁਐਸਚਨ ਨੰਬਰ 28, ਗਿਆਨੀ ਗੁਰਦੇਵ ਸਿੰਘ ਦੀ ਪੁਸਤਕ ਮੇਰਾ ਪਿੰਡ ਕਿਹੜੀ ਗੱਲ ਦੀ ਮਿਸਾਲ ਹੈ? ਆਪਸ਼ਨ ਏ ਪੰਜਾਬੀ ਧਰਮਾਂ ਦੀ, ਬੀ ਪੰਜਾਬੀ ਅਖਾਣਾਂ ਦੀ, ਸੀ ਪੰਜਾਬੀ ਸੱਭਿਆਚਾਰ ਦੀ, ਡੀ ਪੰਜਾਬੀ ਬੁਝਾਰਤਾਂ ਦੀ। ਪ੍ਰਸ਼ਨ ਨੰਬਰ 28 ਦੇ ਲਈ ਸਹੀ ਉੱਤਰ ਚੁਣੋ। ਹਾਂਜੀ, 28 ਨੰਬਰ ਲਈ ਜਿਹੜੇ ਆਂਸਰ ਕਰ ਰਹੇ ਨੇ ਪੰਜਾਬੀ ਸੱਭਿਆਚਾਰ ਦੀ, ਬਿਲਕੁਲ ਠੀਕ ਆਂਸਰ। ਕੁਐਸਚਨ ਨੰਬਰ 29 ਦੇ ਵੱਲ ਵੱਧਦੇ ਹਾਂ ਜੀ। ਹਾਫਿਜ਼ ਬਰਖੁਰਦਾਰ ਨੇ ਸਭ ਤੋਂ ਪਹਿਲਾਂ ਕਿਹੜਾ ਕਿੱਸਾ ਲਿਖਿਆ? ਹਾਫਿਜ਼ ਬਰਖੁਰਦਾਰ ਨੇ ਸਭ ਤੋਂ ਪਹਿਲਾਂ ਕਿਹੜਾ ਕਿੱਸਾ ਲਿਖਿਆ? ਆਪਸ਼ਨ ਏ ਹੀਰ ਰਾਂਝਾ, ਬੀ ਮਿਰਜ਼ਾ ਸਾਹਿਬਾਂ, ਸੀ ਸੱਸੀ ਪੰਨੂ, ਡੀ ਯੂਸਫ ਜੁਲੇਖਾ। ਪ੍ਰਸ਼ਨ ਨੰਬਰ 29 ਵੀ ਕੀਤਾ ਗਿਆ ਜੀ ਬੋਰਡ ਦੇ ਵੱਲੋਂ ਡਰੋਪ, ਸ਼ਾਇਦ ਇਸ ਦੀ ਫਾਰਮੇਸ਼ਨ ਦੇ ਕਰਕੇ। ਸੋ 29 ਨੰਬਰ ਕੁਐਸਚਨ ਡਰੋਪ ਹੋਣ ਕਰਕੇ ਇਸ ਨੂੰ ਆਪਾਂ ਕਰ ਰਹੇ ਹਾਂ ਸਕਿੱਪ, ਕਿਉਂਕਿ ਕਿਤੇ ਨਾ ਕਿਤੇ ਫਾਰਮੇਸ਼ਨ ਦਾ ਹੀ ਚੱਕਰ ਹੈ। ਇਸ ਤੋਂ ਬਾਅਦ ਇੱਕ ਹੋਰ ਕੁਐਸਚਨ ਇਹਦੇ ਵਰਗਾ ਹੀ ਸ਼ਾਮਿਲ ਕੀਤਾ ਗਿਆ ਸੀ, ਉਸ ਨੂੰ ਵੀ ਡਰੋਪ ਕੀਤਾ ਗਿਆ ਆਈ ਥਿੰਕ, ਬਾਕੀ ਦੇਖ ਲਾਂਗੇ, ਮੈਨੂੰ ਯਾਦ ਨਹੀਂ ਐਗਜੈਕਟ ਉਸ ਬਾਰੇ। 30 ਨੰਬਰ ਕੁਐਸਚਨ ਹੈ, ਬੁਗਦੂ ਕੀ ਹੈ? ਆਪਸ਼ਨ ਏ ਤੁੰਬੀ, ਬੀ ਚਿਮਟਾ, ਸੀ ਤੁੰਬਾ, ਡੀ ਢੋਲ। ਪ੍ਰਸ਼ਨ ਨੰਬਰ 30 ਦੇ ਲਈ ਆਂਸਰ ਕਰਿਆ ਜਾਵੇ। ਦੇਖੋ, 30 ਨੰਬਰ ਵੀ ਬੋਰਡ ਦੇ ਵੱਲੋਂ ਕੀਤਾ ਗਿਆ ਡਰੋਪ, ਬਟ 30 ਦੇ ਲਈ ਆਂਸਰ ਬਣਦਾ ਜੀ, ਫਿਰ ਵੀ ਬੋਰਡ ਨੇ ਇਸਨੂੰ ਡਰੋਪ ਕੀਤਾ ਹੈ 30 ਦੇ ਨੰਬ 30 ਨੰਬਰ ਦੇ ਲਈ। ਕੁਝ ਕਿਤਾਬਾਂ ਦੇ ਵਿੱਚ ਆਂਸਰ ਤੁਹਾਨੂੰ ਮਿਲੇਗਾ ਤੁੰਬੀ, ਠੀਕ ਹੈ। ਸੋ ਇਹ ਆਪਸ਼ਨ ਕੁਰੈਕਟ ਹੋ ਸਕਦਾ ਹੈ, ਪਰ ਬੋਰਡ ਦੇ ਵੱਲੋਂ ਕੋਈ ਵੀ ਆਂਸਰ ਸਹੀ ਨਾ ਕਰਕੇ ਇਸ ਕੁਐਸਚਨ ਨੂੰ ਵੀ ਕੀਤਾ ਗਿਆ ਹੈ ਡਰੋਪ। ਕੁਐਸਚਨ ਨੰਬਰ 31 ਦੇ ਵੱਲ ਵੱਧਦੇ ਹਨ, ਜੈਸਰੀ ਦੀ ਵਾਰ ਕਿਹੜੇ ਗੁਰੂ ਕਵੀ ਦੀ ਰਚਨਾ ਹੈ? ਆਪਸ਼ਨ ਏ ਗੁਰੂ ਨਾਨਕ ਦੇਵ ਜੀ, ਬੀ ਗੁਰੂ ਅਮਰਦਾਸ ਜੀ, ਸੀ ਗੁਰੂ ਅਰਜਨ ਦੇਵ ਜੀ, ਡੀ ਭਾਈ ਗੁਰਦਾਸ ਜੀ। ਕੁਐਸਚਨ ਨੰਬਰ 31 ਲਈ ਆਂਸਰ ਚੁਣਿਆ ਜਾਵੇ ਜੀ। 31 ਨੰਬਰ ਦੇ ਲਈ ਕੁਰੈਕਟ ਆਂਸਰ ਚੁਣੋ ਜੀ, ਕਿਸ ਦੀ ਰਚਨਾ ਹੈ ਜੈਸਰੀ ਦੀ ਵਾਰ? ਬਿਲਕੁਲ ਠੀਕ ਹੈ, ਆਪਸ਼ਨ ਸੀ ਗੁਰੂ ਅਰਜਨ ਦੇਵ ਜੀ, ਸੀ ਆਂਸਰ ਜਿਨ੍ਹਾਂ ਨੇ ਚੁਣਿਆ, ਬਿਲਕੁਲ ਠੀਕ ਹੈ। ਕੁਐਸਚਨ ਨੰਬਰ
32 32 ਨੰਬਰ ਇੱਕ ਕਹਾਣੀਕਾਰ ਵਰਿਆਮ ਸੰਧੂ ਨੂੰ ਕਿਹੜੇ ਕਹਾਣੀ ਸੰਗ੍ਰਹਿ ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ ਜਾਂ ਇਨਾਮ ਪ੍ਰਾਪਤ ਹੋਇਆ? ਆਪਸ਼ਨ ਏ ਚੌਥੀ ਕੂਟ, ਬੀ ਭੱਜੀਆਂ ਬਾਹੀਂ, ਸੀ ਲੋਹੇ ਦੇ ਹੱਥ ਅਤੇ ਡੀ ਅੰਗ ਸੰਗ। ਕੁਸ਼ਚਨ ਨੰਬਰ 32 ਲਈ ਕਰੋ ਜੀ ਆਂਸਰ। ਇਸ ਰਚਨਾ ਦੇ ਲਈ ਮਿਲਿਆ ਜੀ ਭਾਰਤੀ ਸਾਹਿਤ ਅਕਾਦਮੀ ਅਵਾਰਡ। ਬਿਲਕੁਲ ਠੀਕ ਹੈ, ਚੌਥੀ ਕੂਟ ਜਿਨ੍ਹਾਂ ਦਾ ਆਂਸਰ ਆਇਆ ਹੈ ਆਪਸ਼ਨ ਏ। ਕੁਸ਼ਚਨ ਨੰਬਰ 33 ਵੱਲ ਵੱਧਦੇ ਹਾਂ। ਨਾਟਕਕਾਰ ਚਰਨਦਾਸ ਸਿੱਧੂ ਨੇ ਆਪਣੀਆਂ ਨਾਟ ਸਰਗਰਮੀਆਂ ਦਾ ਕੇਂਦਰ ਕਿਸ ਨੂੰ ਬਣਾਇਆ? ਆਪਸ਼ਨ ਏ ਪੰਜਾਬੀ ਥੀਏਟਰ, ਬੀ ਇਪਟਾ, ਸੀ ਪੰਜਾਬ ਆਰ ਥੀਏਟਰ ਅਤੇ ਡੀ ਹੈ ਕਾਲਜੀਏਟ ਡਰਾਮਾ ਸੋਸਾਇਟੀ। ਪ੍ਰਸ਼ਨ ਨੰਬਰ 33 ਲਈ ਸਹੀ ਉੱਤਰ ਚੁਣੋ ਜੀ। ਹਾਂਜੀ, 33 ਨੰਬਰ ਲਈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਹੈ ਕਾਲਜੀਏਟ ਡਰਾਮਾ ਸੋਸਾਇਟੀ, ਆਪਸ਼ਨ ਡੀ ਕੁਰੈਕਟ ਆਂਸਰ ਹੈ। ਕੁਸ਼ਚਨ ਨੰਬਰ 34, ਮਾਇਆ ਅਤੇ ਬਾਲੂ ਕੀ ਹੈ? ਆਪਸ਼ਨ ਏ ਨਿਰੋਲ ਸੰਵਾਦ ਕੀ ਗੀਤ ਰੂਪ, ਬੀ ਨਿਰੋਲ ਨਾਟਕੀ ਪਾਤਰਾਂ ਦਾ ਰੂਪ, ਸੀ ਨਿਰੋਲ ਨਾਟਕੀ ਗੀਤਨੁਮਾ ਟੋਟਕਾ ਅਤੇ ਡੀ ਖੁਸ਼ੀ ਵਿੱਚ ਗਾਉਂਦੀਆਂ ਕੁੜੀਆਂ ਦਾ ਗੀਤ। ਪ੍ਰਸ਼ਨ ਨੰਬਰ 34 ਲਈ ਸਭ ਤੋਂ ਸਹੀ ਉੱਤਰ ਚੁਣਿਆ ਜਾਵੇ, ਬਾਲੂ ਅਤੇ ਮਾਹੀਆ ਕੀ ਹੈ? ਇਹ ਹੈ ਜੀ ਨਿਰੋਲ ਸੰਵਾਦ ਕੀ ਗੀਤ ਰੂਪ, ਸੋ ਆਪਸ਼ਨ ਏ ਕੁਰੈਕਟ ਆਂਸਰ ਹੋਵੇਗਾ। 35 ਨੰਬਰ ਕੁਸ਼ਚਨ ਦੇ ਵੱਲ ਵੱਧਦੇ ਹਾਂ। ਆਨੰਦ ਭਇਆ ਮੇਰੀ ਮਾਏ ਸਤਿਗੁਰ ਮੈਂ ਪਾਇਆ, ਗੁਰੂ ਅਮਰਦਾਸ ਜੀ ਦੇ ਇਸ ਸ਼ਬਦ ਵਿੱਚ ਕਿਹੜੀ ਸੁਰ ਪ੍ਰਧਾਨ ਹੈ? ਆਪਸ਼ਨ ਏ ਉੱਚੀ, ਬੀ ਸੰਬੋਧਨੀ, ਸੀ ਨੀਵੀਂ ਅਤੇ ਡੀ ਮੱਧਮ। ਕੁਸ਼ਚਨ ਨੰਬਰ 35 ਲਈ ਕਰੋ ਜੀ ਆਂਸਰ। ਹਾਂਜੀ, 35 ਨੰਬਰ ਦੇ ਵਿੱਚ ਸੰਬੋਧਨੀ ਸੁਰ ਹੈ, ਸੋ ਆਪਸ਼ਨ ਬੀ ਜਿਨ੍ਹਾਂ ਨੇ ਚੁਣਿਆ ਹੈ ਸ਼ਬਦ ਹੈ ਸਹੀ। 36 ਨੰਬਰ ਕੁਸ਼ਚਨ ਹੈ, ਸ਼ੇਖ ਫਰੀਦ ਜੀ ਨੇ ਕੁੱਲ ਕਿੰਨੇ ਸ਼ਬਦ ਅਤੇ ਸਲੋਕ ਲਿਖੇ? ਹਾਂਜੀ, ਸ਼ੇਖ ਫਰੀਦ ਜੀ ਦੇ ਪੁੱਛੇ ਗਏ ਆ ਆਪਸ਼ਨ ਏ 110 ਅਤੇ ਦੋ 110 ਸ਼ਲੋਕ ਅਤੇ ਦੋ ਸ਼ਬਦ, ਬੀ 112 ਸ਼ਲੋਕ ਇੱਕ ਸ਼ਬਦ, ਸੀ 111 ਸ਼ਲੋਕ ਤਿੰਨ ਸ਼ਬਦ, ਡੀ 112 ਸ਼ਲੋਕ ਚਾਰ ਸ਼ਬਦ। ਹਾਂਜੀ, ਜਿਨ੍ਹਾਂ ਨੂੰ ਪਤਾ ਹੈ ਕਿ ਚਾਰ ਸ਼ਬਦ ਲਿਖੇ ਗਏ ਨੇ ਉਹ ਬਿਨਾਂ ਕੁਛ ਦੇਖੇ ਡੀ ਆਂਸਰ ਕਰ ਦੇਣਗੇ, ਕਿਉਂਕਿ ਚਾਰ ਉਸੇ ਦੇ ਵਿੱਚ ਹੈ, ਹੋਰ ਕਿਸੇ 'ਚ ਹੈ ਨਹੀਂ। 112 ਸ਼ਲੋਕ ਨੇ, ਕਿਉਂਕਿ ਜੇ ਆਪਸ਼ਨ ਦੇ ਵਿੱਚ 130 ਦੇ ਨਾਲ ਪਾ ਦਿੰਦੇ ਬਾਕੀ ਕੋਈ ਵੀ ਆਪਸ਼ਨ 2 3 1 ਤਾਂ ਫਿਰ ਉਹ ਕਨਫਿਊਜ਼ਨ ਹੋ ਸਕਦੀ ਸੀ, ਜਾਂ ਫਿਰ ਚਾਰ ਪਾ ਦਿੰਦੇ ਤਾਂ ਹੋ ਸਕਦੀ ਸੀ ਬਹੁਤ ਜ਼ਿਆਦਾ, ਬਟ ਇੱਥੇ ਇਸ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਹੀਂ, ਆਂਸਰ ਡੀ ਹੋਵੇਗਾ। ਕੁਸ਼ਚਨ ਨੰਬਰ 37 ਹੈ, ਪੰਜਾਬੀ ਕਵੀ ਜਸਵੰਤ ਦੀਦ ਨੂੰ ਕਿਹੜੀ ਪੁਸਤਕ ਲਈ ਸਾਹਿਤ ਅਕਾਦਮੀ ਨਵੀਂ ਦਿੱਲੀ ਦਾ ਸਾਹਿਤਕ ਪੁਰਸਕਾਰ ਪ੍ਰਾਪਤ ਹੋਇਆ? ਆਪਸ਼ਨ ਏ ਅੱਖਾਂ ਵਾਲੀਆਂ ਪੈੜਾਂ, ਬੀ ਕਮੰਡਲ, ਸੀ ਬਿਰਹੜਾ ਅਤੇ ਡੀ ਅਲਫ ਦੁਪਹਿਰ। ਕੁਸ਼ਚਨ ਨੰਬਰ 37 ਲਈ ਕਰੋ ਜੀ ਆਂਸਰ। 37 ਨੰਬਰ ਦੇ ਲਈ ਆਂਸਰ ਕਰਿਆ ਜਾਵੇ, ਕਿਸ ਰਚਨਾ ਦੇ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਜਸਵੰਤ ਦੀਦ ਨੂੰ? ਕਮੰਡਲ ਦੇ ਲਈ ਮਿਲਿਆ, ਬਿਲਕੁਲ ਠੀਕ ਹੈ, ਜਿਹੜੇ ਆਪਸ਼ਨ ਬੀ ਦੇ ਨਾਲ ਜਾ ਰਹੇ ਨੇ। ਕੁਸ਼ਚਨ ਨੰਬਰ 38, ਈਸ਼ਵਰ ਚੰਦਰ ਨੰਦਾ ਨੇ ਸਭ ਤੋਂ ਪਹਿਲਾਂ ਇਕਾਂਗੀ ਕਿਹੜਾ ਲਿਖਿਆ? ਆਪਸ਼ਨ ਏ ਬੇਬੇ ਰਾਮ ਭਜਨੀ 1913, ਬੀ ਮਾਂ ਦਾ ਡਿਪਟੀ 1914, ਸੀ ਦੁਲਹਨ 1913 ਅਤੇ ਡੀ ਬੇਈਮਾਨ 1912। ਕੁਰੈਕਟ ਆਂਸਰ ਕੁਸ਼ਚਨ ਨੰਬਰ 38 ਲਈ ਚੁਣੋ ਜੀ। ਦੇਖੋ 38 ਨੰਬਰ ਦੇ ਲਈ ਕਰੋ ਜੀ ਆਂਸਰ, ਬੇਈਮਾਨ 12 ਲਿਖਿਆ ਹੋਇਆ, ਇਸ ਕਰਕੇ ਕਨਫਿਊਜ਼ਨ ਹੋ ਸਕਦੀ ਹੈ, ਪਰ ਆਂਸਰ ਹੈ ਜੀ ਦੁਲਹਨ 1913।
13 ਸੀ ਆਪਸ਼ਨ। ਕੁਐਸਚਨ ਨੰਬਰ 39 ਵੱਲ ਵੱਧਦੇ ਹਾਂ ਜੀ। ਕਾਦਰ ਯਾਰ ਰਚਿਤ ਪੂਰਨ ਭਗਤ ਵਿੱਚ ਸੱਚ ਆਖ ਬੇਟਾ ਕਿੱਥੋਂ ਆਇਆ ਹੈ, ਕਿਹੜਾ ਮੁਲਕ ਤੇਰਾ ਕਹਿੰਦਾ ਪੁੱਤ ਹੈ ਤੂੰ, ਆਈਆਂ 17 ਕਿਸ ਗੱਲ ਦਾ ਬਿਆਨ ਕਰਦੀਆਂ ਹਨ। ਆਪਸ਼ਨ ਏ ਦੇਸ਼ ਪਿਆਰ ਦਾ, ਬੀ ਵਾਸਲ ਪਿਆਰ ਦਾ, ਸੀ ਮਤਰੇ ਪਿਆਰ ਦਾ, ਡੀ ਭਰਾਵਾਂ ਦੇ ਪਿਆਰ ਦਾ। ਕੁਐਸਚਨ ਨੰਬਰ 39 ਲਈ ਕਰੋ ਜੀ ਆਂਸਰ। 39 ਨੰਬਰ ਲਈ ਕੁਰੈਕਟ ਆਂਸਰ ਕਰਿਆ ਜਾਵੇ, ਜਿਹਨਾਂ ਦਾ ਆਂਸਰ ਆ ਰਿਹਾ ਜੀ ਵਾਸਲ ਪਿਆਰ ਦਾ, ਬਿਲਕੁਲ ਠੀਕ ਹੈ। ਆਪਸ਼ਨ ਬੀ ਮਾਂ ਦੇ ਵਾਸਲ ਪਿਆਰ ਦਾ ਹੋਣਾ, ਚਲੋ ਕੋਈ ਨਹੀਂ, ਜੋ ਵੀ ਜਿਸ ਤਰ੍ਹਾਂ ਆਪਸ਼ਨ ਹੈ ਉਸਦੇ ਅਕੋਰਡਿੰਗ ਠੀਕ ਹੈ। ਕੁਐਸਚਨ ਨੰਬਰ 40, ਬੁਝਾਰਤ ਤੋਂ ਕੀ ਭਾਵ ਹੈ, ਆਪਸ਼ਨ ਏ ਗੁੰਝਲ ਜਾਂ ਅਡਾਉਣੀ, ਬੀ ਲੋਕ ਕਥਾਵਾਂ, ਸੀ ਆਂਚਲਿਕਤਾ ਦੇ ਅੰਸ਼, ਅਤੇ ਡੀ ਜੀਵਨ ਦਾ ਸੱਚ। ਕੁਐਸਚਨ ਨੰਬਰ 40 ਲਈ ਕੁਰੈਕਟ ਆਂਸਰ ਕਰਿਆ ਜਾਵੇ ਜੀ, ਬੁਝਾਰਤਾਂ ਤੋਂ ਕੀ ਭਾਵ ਹੈ ਜੀ, ਬੁਝਾਰਤਾਂ ਹੁੰਦੀਆਂ ਜੀ ਗੁੰਝਲ ਜਾਂ ਅਡਾਉਣੀ, ਆਪਸ਼ਨ ਏ ਹੈ ਬਿਲਕੁਲ ਸਹੀ। ਕੁਐਸਚਨ ਨੰਬਰ 41, ਹੇਠ ਲਿਖੀਆਂ ਪੁਸਤਕਾਂ ਵਿੱਚੋਂ ਡਾਕਟਰ ਬਲਵੀਰ ਸਿੰਘ ਦੀ ਵਾਰਤਕ ਪੁਸਤਕ ਕਿਹੜੀ ਹੈ, ਆਪਸ਼ਨ ਏ ਪੌਂਦਰਿਕ, ਬੀ ਸਿੱਖ ਅਤੇ ਸਿੱਖੀ, ਸੀ ਲੰਮੀ ਨਜ਼ਰ, ਅਤੇ ਡੀ ਆਤਮ ਸੁਧਾਰ। ਡਾਕਟਰ ਬਲਵੀਰ ਸਿੰਘ ਦੀ ਵਾਰਤਕ ਪੁਸਤਕ ਪੁੱਛੀ ਗਈ ਹੈ, ਇਹ ਵਾਲਾ ਕੁਐਸਚਨ ਵੀ ਰਿਪੀਟਡ ਹੈ, ਪਿਛਲੇ ਪ੍ਰਸ਼ਨ ਪਿਛਲੇ ਪੇਪਰ ਕਰ ਚੁੱਕੇ ਹਾਂ ਉਹਨਾਂ ਦੇ ਵਿੱਚੋਂ ਹੀ। ਸੋ ਜਿਨ੍ਹਾਂ ਦਾ ਵੀ 41 ਨੰਬਰ ਦੇ ਲਈ ਆਂਸਰ ਆ ਰਿਹਾ ਜੀ ਲੰਮੀ ਨਜ਼ਰ, ਬਿਲਕੁਲ ਠੀਕ ਹੈ, ਆਪਸ਼ਨ ਸੀ। ਕੁਐਸਚਨ ਨੰਬਰ 42, 42 ਨੰਬਰ ਇਹ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਆਪਣੇ ਜੀਵਨ ਦਾ ਹਾਲ ਕਿਸ ਪੁਸਤਕ ਦੇ ਵਿੱਚ ਲਿਖਿਆ ਹੈ, ਆਪਸ਼ਨ ਏ ਮੇਰੀ ਦੁਨੀਆ, ਬੀ ਖਾਨਾ ਬਦੋਸ਼, ਸੀ ਮੇਰਾ ਨਾਨਕਾ ਪਿੰਡ, ਅਤੇ ਡੀ ਖਾਨਾ ਬਦੋਸ਼। ਇਸ ਤਰ੍ਹਾਂ ਹੀ ਆਪਸ਼ਨ ਦਿੱਤੇ ਗਏ ਅਤੇ ਇਹ ਸਾਰੇ ਨੇ ਜੀ ਗਲਤ, ਇਸ ਕਰਕੇ ਇਸ ਕੁਐਸਚਨ ਨੂੰ ਕੀਤਾ ਗਿਆ ਡਰੋਪ, ਇਹਨੂੰ ਕਰਦੇ ਹਾਂ ਇੱਥੇ ਸਕਿੱਪ। ਕੁਐਸਚਨ ਨੰਬਰ 43 ਹੈ, 6 ਘਰ ਇਕਾਂਗੀ ਸੰਗ੍ਰਹਿ ਕਿਸ ਦਾ ਲਿਖਿਆ ਹੋਇਆ ਹੈ, ਆਪਸ਼ਨ ਏ ਸੰਤ ਸਿੰਘ ਸੇਖੋਂ, ਬੀ ਬਲਵੰਤ ਗਾਰਗੀ, ਸੀ ਈਸ਼ਵਰ ਚੰਦਰ ਨੰਦਾ, ਡੀ ਕਪੂਰ ਸਿੰਘ ਘੁੰਮਣ। ਕੁਐਸਚਨ ਨੰਬਰ 43 ਲਈ ਕੁਰੈਕਟ ਆਂਸਰ ਕਰੋ ਜੀ, 43 ਨੰਬਰ ਲਈ ਕੁਰੈਕਟ ਆਂਸਰ ਚੁਣਿਆ ਜਾਵੇ ਜੀ, ਜਿਨ੍ਹਾਂ ਦਾ ਆਂਸਰ ਆ ਰਿਹਾ 43 ਨੰਬਰ ਦੇ ਲਈ ਆਪਸ਼ਨ ਏ ਸੰਤ ਸਿੰਘ ਸੇਖੋਂ ਦੀ ਰਚਨਾ ਹੈ। ਕੁਐਸਚਨ ਨੰਬਰ 44 ਦੇ ਵੱਲ ਵੱਧਦੇ ਹਾਂ ਜੀ, 44 ਨੰਬਰ ਏ ਪਾਸ਼ ਕਿਹੜੀ ਕਾਵਿ ਪ੍ਰਵਿਰਤੀ ਦਾ ਕਵੀ ਹੈ, ਆਪਸ਼ਨ ਏ ਰੋਮਾਂਟਿਕ, ਬੀ ਪ੍ਰਯੋਗਵਾਦੀ, ਸੀ ਧਾਰਮਿਕ, ਅਤੇ ਡੀ ਜੁਝਾਰਵਾਦੀ। 44 ਨੰਬਰ ਕੁਐਸਚਨ ਲਈ ਕੁਰੈਕਟ ਆਂਸਰ ਚੁਣਿਆ ਜਾਵੇ, ਪ੍ਰਸ਼ਨ ਨੰਬਰ 44 ਲਈ ਸਹੀ ਉੱਤਰ ਚੁਣੋ, ਬਿਲਕੁਲ ਠੀਕ ਹੈ, ਜਿਹੜੇ ਵੀ ਆਂਸਰ ਕਰ ਰਹੇ ਨੇ 44 ਨੰਬਰ ਦੇ ਲਈ ਆਪਸ਼ਨ ਡੀ ਜੁਝਾਰਵਾਦੀ, ਜੁਝਾਰਵਾਦੀ ਪ੍ਰਵਿਰਤੀ ਦਾ ਕਵੀ ਹੈ ਪਾਸ਼, ਅਵਤਾਰ ਸਿੰਘ ਪਾਸ਼। ਕੁਐਸਚਨ ਨੰਬਰ 45 ਹੈ, ਕਹਾਣੀਕਾਰ ਨਾਨਕ ਸਿੰਘ ਦੀ ਪਹਿਲੀ ਕਹਾਣੀ, ਕਹਾਣੀ ਦੀ ਸਪੈਲਿੰਗ ਗੜਬੜ ਹੋ ਗਈ ਜੀ, ਪਹਿਲੀ ਕਹਾਣੀ ਰਾਖੀ ਕਦੋਂ ਛਪੀ, ਆਪਸ਼ਨ ਏ 1926, ਬੀ 1928, ਸੀ 1930, ਅਤੇ ਡੀ 1927। ਦਿੱਤਾ ਗਿਆ ਪ੍ਰਸ਼ਨ ਵੀ ਡਰੋਪ ਆਊਟ ਕੀਤਾ ਗਿਆ, ਵੈਸੇ ਕਹਾਣੀ ਦਾ ਨਾਂ ਰੱਖੜੀ ਹੈ, ਹਾਂਜੀ ਕਹਾਣੀ ਦਾ ਨਾਂ ਰੱਖੜੀ ਹੈ, ਅਤੇ ਰੱਖੜੀ ਇੱਥੇ ਦਿੱਤੀ ਗਈ ਰਾਖੀ। ਹੁਣ ਰਾਖੀ ਸ਼ਬਦ ਹੈ ਹਿੰਦੀ ਦਾ, ਅਤੇ ਹਿੰਦੀ ਦਾ ਸ਼ਬਦ ਪੰਜਾਬੀ ਦੇ ਵਿੱਚ ਯੂਜ਼ ਕਰਨਾ ਕਿਤੇ ਨਾ ਕਿਤੇ ਗਲਤ ਹੈ, ਅਤੇ ਦੂਸਰਾ ਇਹ ਵੀ ਹੈ ਕਿ ਪੰਜਾਬੀ ਦੇ ਵਿੱਚ ਜੇਕਰ ਰਾਖੀ ਸ਼ਬਦ ਨੂੰ ਵਰਤਿਆ ਜਾਵੇ
ਤਾਂ ਉਹ ਰਾਖੀ ਹੋ ਸਕਦੀ ਹੈ ਕਿਸੇ ਚੀਜ਼ ਦੀ ਰਾਖੀ, ਫਸਲਾਂ ਦੀ ਰਾਖੀ, ਜਿਵੇਂ ਕਿ ਰਖਵਾਲੀ ਕਰਨੀ ਜਿਸ ਨੂੰ ਆਪਾਂ ਕਹਿੰਦੇ ਹਾਂ। ਇਸ ਕਰਕੇ ਇਸ ਪ੍ਰਸ਼ਨ ਨੂੰ ਡ੍ਰੌਪ ਕਰਨਾ ਬਣਦਾ ਸੀ, ਸੋ ਡ੍ਰੌਪ ਕੀਤਾ ਗਿਆ। ਜੇਕਰ ਰੱਖੜੀ ਪੁੱਛਦੇ ਤਾਂ ਆਂਸਰ ਤੁਹਾਡਾ ਡੀ ਹੋ ਸਕਦਾ ਸੀ, ਕੁਸ਼ਚਨ ਨੰਬਰ 46। 46 ਨੰਬਰ ਇਹ ਸੰਮੀ ਲੋਕ ਨਾਚ ਕਿਸ ਇਲਾਕੇ ਨਾਲ ਸੰਬੰਧਿਤ ਹੈ? ਆਪਸ਼ਨ ਏ ਸਾਂਦਲਬਾਰ, ਬੀ ਪੋਠੋਹਾਰ, ਸੀ ਕਸ਼ਮੀਰ, ਡੀ ਮਾਲਵੇ। ਕੁਸ਼ਚਨ ਨੰਬਰ 46 ਲਈ ਆਂਸਰ, ਕੁਸ਼ਚਨ ਨੰਬਰ 46 ਦੇ ਲਈ ਕਰੈਕਟ ਆਂਸਰ ਕਰਿਆ ਜਾਵੇ। ਹਾਂਜੀ, 46 ਦੇ ਲਈ ਜਿਨ੍ਹਾਂ ਦਾ ਆਂਸਰ ਆ ਰਿਹਾ ਜੀ ਸਾਂਦਲਬਾਰ, ਆਪਸ਼ਨ ਏ ਸਭ ਹੈ ਬਿਲਕੁਲ ਸਹੀ। ਕੁਸ਼ਚਨ ਨੰਬਰ 47 ਵੱਲ ਵੱਧਦੇ ਹਾਂ। 47 ਨੰਬਰ ਇਹ ਕਿੱਸਾ ਸ਼ਬਦ ਕਿਹੜੀ ਭਾਸ਼ਾ ਦਾ ਹੈ? ਆਪਸ਼ਨ ਏ ਉਰਦੂ, ਬੀ ਅਰਬੀ, ਸੀ ਲਤੀਨੀ ਅਤੇ ਡੀ ਰੋਮਨ। ਕੁਸ਼ਚਨ ਨੰਬਰ 47 ਲਈ ਕੁਰੈਕਟ ਆਂਸਰ ਕਰੋ ਜੀ। ਹਾਂਜੀ, ਕਿੱਸਾ ਸ਼ਬਦ ਕਿਹੜੀ ਭਾਸ਼ਾ ਦਾ ਹੈ? ਕਿੱਸਾ ਸ਼ਬਦ ਹੈ ਜੀ ਅਰਬੀ ਭਾਸ਼ਾ ਦਾ, ਜਿਨ੍ਹਾਂ ਦਾ ਵੀ ਆਂਸਰ ਆਪਸ਼ਨ ਬੀ ਆ ਰਿਹਾ ਹੈ, ਬਿਲਕੁਲ ਠੀਕ। ਬਾਕੀ ਕਰਨ ਜੀ ਨੋਟ ਡਾਊਨ। ਕੁਸ਼ਚਨ ਨੰਬਰ 48 ਦੇ ਵੱਲ ਵੱਧਦੇ ਹਾਂ। 48 ਨੰਬਰ ਇਹ ਸ਼ਾਹ ਮੁਹੰਮਦ ਰਚਿਤ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਕਿਸ ਤਰ੍ਹਾਂ ਦੀ ਰਚਨਾ ਹੈ? ਆਪਸ਼ਨ ਏ ਅਧਿਆਤਮਿਕ, ਬੀ ਰਾਜਨੀਤਿਕ, ਸੀ ਇਤਿਹਾਸਕ ਅਤੇ ਡੀ ਸਮਾਜਿਕ। 48 ਨੰਬਰ ਕੁਸ਼ਚਨ ਲਈ ਕਰੈਕਟ ਆਂਸਰ ਕਰਿਆ ਜਾਵੇ। ਹਾਂਜੀ, ਡੀ ਟ੍ਰਿਪਲ ਐਸ ਬੀ ਦੀਆਂ ਪੋਸਟਾਂ ਆਉਣ ਵਾਲੀਆਂ ਨੇ, ਡੀ ਟ੍ਰਿਪਲ ਐਸ ਬੀ ਪੰਜਾਬੀ ਦੀਆਂ ਪੋਸਟਾਂ ਆਉਣ ਵਾਲੀਆਂ ਨੇ। ਜਿਹੜੇ ਵੀ ਤਿਆਰੀ ਕਰ ਰਹੇ ਨੇ ਜਾਂ ਕਰਨਾ ਚਾਹੁੰਦੇ ਨੇ, ਪੇਪਰ ਅਪਲਾਈ ਕਰਨਾ ਚਾਹੁੰਦੇ ਨੇ ਵੈਕੈਂਸੀ ਦੇ ਲਈ, ਉਹ ਇਹਨਾਂ ਕਲਾਸਾਂ ਨੂੰ ਜ਼ਰੂਰ ਜੁਆਇਨ ਕਰਨ। ਅਤੇ ਇਸ ਤੋਂ ਇਲਾਵਾ ਆਪਾਂ ਇਹਨਾਂ ਕਲਾਸਾਂ ਦੇ ਵਿੱਚ ਡੀ ਟ੍ਰਿਪਲ ਐਸ ਬੀ ਦੇ ਪੇਪਰ ਵੀ ਡਿਸਕਸ ਕਰਾਂਗੇ। ਪੰਜਾਬ ਦੇ ਲਗਭਗ ਹੋ ਚੁੱਕੇ ਆ ਸਾਰੇ, ਇੱਕ ਲੈਕਚਰ ਕਾਲਜ ਲੈਵਲ ਦਾ ਰਹਿ ਗਿਆ, ਉਸਨੂੰ ਮੈਂ ਸੋਚ ਰਿਹਾ ਇੱਕ ਵਾਰ ਸਕਿੱਪ ਕਰਦੇ ਹਾਂ, ਕਿਉਂਕਿ ਮਾਸਟਰ ਕੈਡਰ ਦੇ ਲੈਵਲ ਦਾ ਉਹਦੇ 'ਚ ਕੁਛ ਖਾਸ ਹੈ ਨਹੀਂ ਗਾ। ਹੋਣਗੇ ਕੋਈ 30, 40, 50 ਕੁਸ਼ਚਨ ਤਾਂ ਇੱਕ ਵੱਖਰੀ ਗੱਲ ਹੈ। ਅਤੇ ਚੰਡੀਗੜ੍ਹ, SSC ਚੰਡੀਗੜ੍ਹ ਦੀ ਕਰਾਂਗੇ ਡਿਸਕਸ, ਅਤੇ ਇਸ ਤੋਂ ਇਲਾਵਾ ਡੀ ਟ੍ਰਿਪਲ ਐਸ ਬੀ ਦੇ, ਤਾਂ ਕਿ ਇਸ ਲੈਵਲ ਦੇ ਜਿਹੜੇ ਪੇਪਰ ਨੇ, ਯਾਨੀ ਕਿ ਡੀ ਟ੍ਰਿਪਲ ਐਸ ਬੀ ਦੇ ਲੈਵਲ ਦੇ ਪੇਪਰ ਜਿਹੜੇ ਨੇ ਉਹ ਸਾਰੇ ਸੋਲਵ ਕਰਨ ਤੋਂ ਬਾਅਦ ਕੁਛ ਬੈਟਰ ਪਰਫਾਰਮੈਂਸ ਹੋ ਸਕੇ ਪੇਪਰ ਦੇ ਵਿੱਚ। ਪ੍ਰਸ਼ਨ ਨੰਬਰ 48 ਦੇ ਲਈ ਆਂਸਰ ਕਰਿਆ ਜਾਵੇ, ਜਿਹੜੇ ਸੀ ਆਪਸ਼ਨ ਕਰ ਰਹੇ ਨੇ, ਬਿਲਕੁਲ ਠੀਕ ਹੈ ਜੀ, ਇਤਿਹਾਸਕ ਹੈ। ਕੁਸ਼ਚਨ ਨੰਬਰ 49 ਦੇ ਵੱਲ ਵੱਧਦੇ ਹਾਂ। 49 ਨੰਬਰ ਹੈ ਜੀ, ਨਿਰੰਜਨ ਤਸਨੀਮ ਦਾ ਨਾਵਲ ਗੁਆਚੇ ਅਰਥ ਕਿਹੜੀ ਸਮੱਸਿਆ ਨਾਲ ਸੰਬੰਧਿਤ? ਆਪਸ਼ਨ ਏ ਆਦਿਵਾਸੀਆਂ ਨਾਲ, ਬੀ ਪੰਜਾਬ ਸਮੱਸਿਆ ਨਾਲ, ਸੀ ਨਕਸਲਵਾੜੀ ਸਮੱਸਿਆ ਨਾਲ, ਡੀ ਬੰਗਾਲ ਸਮੱਸਿਆ ਨਾਲ। 49 ਨੰਬਰ ਦੇ ਲਈ ਆਂਸਰ ਕਰਿਆ ਜਾਵੇ। ਹਾਂਜੀ, ਇਸ ਤੋਂ ਇਲਾਵਾ ਜਿਹੜੇ ਵੀ ਤਿਆਰੀ ਕਰ ਰਹੇ ਨੇ ਉਹ ਆਪਣੀ ਪੰਜਾਬੀ ਮਾਸਟਰ ਕੈਡਰ ਜਿਹੜਾ ਪੰਜਾਬ ਦਾ ਸਿਲੇਬਸ ਹੈ ਉਸਦੇ ਅਕੋਰਡਿੰਗ ਬੁੱਕਸ ਜਿਹੜੀ ਬੁੱਕ ਬਣਾਈ ਗਈ ਜਿਹੜੀ ਉਹ ਤੁਸੀਂ ਮੰਗਵਾ ਸਕਦੇ ਹੋ, ਜਾਂ ਫਿਰ ਜਿਹੜੇ ਆ ਪੇਪਰ ਆਪਾਂ ਕਰਵਾ ਰਹੇ ਹਾਂ ਇਹਨਾਂ ਦੇ ਨਾਲ ਸੰਬੰਧਿਤ ਇੱਕ ਬੁੱਕ ਆਪਾਂ ਰੈਡੀ ਕੀਤੀ ਹੈ, ਜਿਸ ਦੇ ਵਿੱਚ ਪੰਜਾਬ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਦੇ ਵਿੱਚ ਹੋਣ ਵਾਲੇ ਪੰਜਾਬੀ ਦੇ ਮਾਸਟਰ ਕੈਡਰ ਦੇ ਲੈਵਲ ਦੇ ਪੇਪਰ ਅਤੇ ਲੈਕਚਰ ਕੈਡਰ ਦੇ ਪੇਪਰ ਸਾਰੇ ਸ਼ਾਮਿਲ ਕੀਤੇ ਗਏ ਨੇ, ਉਹ ਵੀ ਤੁਸੀਂ ਮੰਗਵਾ ਸਕਦੇ ਹੋ, ਤਾਂ ਕਿ ਘੱਟ ਟਾਈਮ ਦੇ ਵਿੱਚ ਜਲਦੀ ਰਿਵੀਜ਼ਨ ਕਰ ਸਕੋ ਇਸ ਚੀਜ਼ ਦੇ ਲਈ। ਸੋ ਦੋਹਾਂ ਦੇ ਵਿੱਚੋਂ ਕੋਈ ਵੀ ਬੁੱਕ ਮੰਗਵਾਉਣੀ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਆਪਣੇ ਨੰਬਰ
3789965 18 ਇਸ ਨੰਬਰ 'ਤੇ ਜੀ ਵਟਸਐਪ ਕਰ ਸਕਦੇ ਹੋ, ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ, ਕਿਸੇ ਵੀ ਤਰ੍ਹਾਂ ਦੀ ਲੈਣੀ ਹੈ ਬੁੱਕ ਨੂੰ ਜਾਂ ਬੁੱਕ ਦੇ ਅਬਾਊਟ। ਸੋ 49 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਹਾਂਜੀ, 49 ਨੰਬਰ ਲਈ ਜਿਨ੍ਹਾਂ ਦਾ ਆਂਸਰ ਆਪਸ਼ਨ ਬੀ ਆਇਆ ਹੈ, ਬਿਲਕੁਲ ਠੀਕ। ਬਾਕੀ ਕਰਨ ਜੀ ਨੋਟ। ਕੁਸ਼ਚਨ ਨੰਬਰ 50 ਦੇ ਵੱਲ ਵੱਧਦੇ ਹਾਂ ਜੀ। ਪੰਜਾਹ ਨੰਬਰ ਕੁਸ਼ਚਨ ਹੈ ਜੀ, ਬਾਸਮਤੀ ਦੀ ਮੈਕ ਕਹਾਣੀ ਸੰਗ੍ਰਹਿ ਕਿਸ ਦਾ ਲਿਖਿਆ ਹੋਇਆ? ਆਪਸ਼ਨ ਏ ਨਾਨਕ ਸਿੰਘ, ਬੀ ਨੌਰੰਗ ਸਿੰਘ, ਸੀ ਕੁਲਵੰਤ ਸਿੰਘ ਵਿਰਕ ਅਤੇ ਡੀ ਨਵਤੇਜ ਸਿੰਘ। ਕੁਸ਼ਚਨ ਨੰਬਰ 50 ਲਈ ਕੁਰੈਕਟ ਆਂਸਰ ਚੁਣੋ ਜੀ। 50 ਨੰਬਰ ਕੁਸ਼ਚਨ ਅਤੇ ਅੱਜ ਦਾ ਆਖਰੀ ਕੁਸ਼ਚਨ ਹੋਵੇਗਾ, ਬਾਕੀ ਅਗਲੇ 50 ਕੁਸ਼ਚਨ ਜਿਹੜੇ ਆ 51 ਨੰਬਰ ਤੋਂ ਲੈ ਕੇ 100 ਨੰਬਰ ਤੱਕ ਕੱਲ੍ਹ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਸੋ 50 ਨੰਬਰ ਦੇ ਲਈ ਆਂਸਰ ਕਰੋ, ਬਾਸਮਤੀ ਦੀ ਮਹਿਕ ਕਹਾਣੀ ਸੰਗ੍ਰਹਿ ਕਿਸ ਦਾ ਲਿਖਿਆ ਹੋਇਆ ਹੈ, ਕਿਸ ਦੀ ਰਚਨਾ ਹੈ? ਇਹ ਰਚਨਾ ਹੈ ਜੀ ਨਵਤੇਜ ਸਿੰਘ ਦੀ, ਬਿਲਕੁਲ ਠੀਕ ਹੈ, ਜਿਹੜੇ ਆਪਸ਼ਨ ਡੀ ਦੇ ਨਾਲ ਜਾ ਰਹੇ ਨੇ। ਸੋ ਅੱਜ ਦੀ ਕਲਾਸ ਹੁੰਦੀ ਜੀ ਇੱਥੇ ਸਮਾਪਤ, ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ, ਤਾਂ ਕਿ ਹਰੇਕ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਹਾਂਜੀ, ਤੁਹਾਡੇ ਲਾਈਕ ਐਂਡ ਸ਼ੇਅਰ ਦੇ ਨਾਲ ਮਿਲੇਗਾ ਮੈਨੂੰ ਮੋਟੀਵੇਸ਼ਨ ਅਤੇ ਤੁਹਾਨੂੰ ਮਿਲਦੇ ਰਹਿਣਗੇ ਨੋਟੀਫਿਕੇਸ਼ਨ। ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਉਹ ਨੋਟੀਫਿਕੇਸ਼ਨ ਔਨ ਜ਼ਰੂਰ ਕਰ ਲੈਣ, ਤਾਂ ਕਿ ਤੁਹਾਨੂੰ ਹਮੇਸ਼ਾ ਨੋਟੀਫਿਕੇਸ਼ਨ ਪਹੁੰਚਦਾ ਰਹੇ। ਨੋਟੀਫਿਕੇਸ਼ਨ ਔਨ, ਆਲ ਨੋਟੀਫਿਕੇਸ਼ਨ ਔਨ ਕਰਿਓ, ਫਿਰ ਹੀ ਪਹੁੰਚੂਗਾ। ਕਈ ਵਾਰੀ ਪ੍ਰੋਪਰਲੀ ਨੋਟੀਫਿਕੇਸ਼ਨ ਔਨ ਨਹੀਂ ਹੁੰਦੇ ਤਾਂ ਕਰਕੇ ਵੀ ਨਹੀਂ ਪਹੁੰਚਦਾ। ਸੋ ਬਾਏ ਬਾਏ, ਟੇਕ ਕੇਅਰ, ਗੁੱਡ ਨਾਈਟ, ਸਵੀਟ ਡ੍ਰੀਮ, ਮਿਲਦੇ ਹਾਂ ਜੀ ਕੱਲ੍ਹ ਨੂੰ ਠੀਕ 8 ਵਜੇ, ਤਦ ਤੱਕ ਲਈ ਬਾਏ ਬਾਏ, ਗੁੱਡ ਨਾਈਟ।